ਮਨਿੰਦਰ ਜੀ ਇੱਕ ਗੱਲ ਉੱਠ ਕੇ ਆ ਰਹੀ ਹੈ ਵੀ ਚੁਣੌਤੀ ਦਿੱਤੀ ਗਈ ਸੀ ਕੇਜਰੀਵਾਲ ਸਾਹਿਬ ਨੂੰ ਜੀ ਪਰ ਸਿੱਧੂ ਨਵਜੋਤ ਸਿੰਘ ਸਿੱਧੂ ਵੱਲੋਂ ਪਰ ਭਗਵੰਤ ਮਾਨ ਜੀ ਨੇ ਉਲਟਾ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦੇ ਦਿੱਤੀ ਕੀ ਕਹਿਣਾ ਚਾਹੁੰਦੇ ਸਿੱਧੂ ਸਾਹਿਬ ਬੋਲੇ ਨਹੀਂ ਇਸ ਤਰੀਕੇ ਬਿਲਕੁਲ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਂ 'ਤੇ ਜਿਹੜੀ ਉਹਨਾਂ ਦੀ ਚੁਣੌਤੀ ਉਹਨਾਂ ਨੂੰ ਕਬੂਲ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਸਿੱਧੂ ਸਾਹਿਬ ਨੂੰ ਜਿਹੜੀ ਉਹਨਾਂ ਦੇ ਨਾਲ ਜਿਹੜੀ ਖੁੱਲ੍ਹੀ ਜਿਹੜੀ ਬਹਿਸ ਦੇ ਵਿੱਚ ਜਿਹੜਾ ਆਉਣਾ ਚਾਹੀਦਾ ਅਤੇ ਉਹ ਜਿਹੜਾ ਉੱਥੋਂ ਤੋਂ ਲੋਕਾਂ ਨੂੰ ਜਿਹੜਾ ਯਕੀਨ ਹੋ ਜੂਗਾ ਕਿ ਉਹ ਕਿੰਨਾ ਕੁ ਪੰਜਾਬ ਦਾ ਭਲਾ ਚਾਹੁੰਦੇ ਨੇ ਅਤੇ ਕਿੰਨਾ ਕੁ ਜਿਹੜਾ ਮੁੱਦਿਆਂ ਦੇ ਉੱਪਰ ਜਿਹੜਾ ਉਹ ਲੋਕਾਂ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਨੇ ਜਿਹੜਾ ਹੁਣ ਮਾਫੀਆ ਚੱਲ ਰਿਹਾ ਇਸ 'ਤੇ ਸਿੱਧੂ ਸਾਹਿਬ ਨੂੰ ਬੋਲੋ ਤੁਸੀਂ ਕੀ ਕਹਿਣਾ ਚਾਹੁੰਦੇ ਸਿੱਧੂ ਸਾਹਿਬ ਕਿਵੇਂ ਬੋਲ ਦੇਣਗੇ ਉਹਨਾਂ ਦੇ ਸੱਜੇ ਖੱਬੇ ਮਾਫੀਆ ਹੀ ਬੈਠਾ ਹੁੰਦਾ ਅਤੇ ਜੇ ਉਹ ਮਾਫੀਆ ਉਹਨਾਂ ਦੇ ਨਾਲ ਨਾ ਬੈਠਾ ਹੋਵੇ ਤਾਂ ਸ਼ਾਇਦ ਲੋਕ ਉਹਨਾਂ 'ਤੇ ਯਕੀਨ ਕਰ ਲੈਂਦੇ ਪਰ ਹੈਰਾਨੀ ਦੀ ਗੱਲ ਆ ਕਿ ਸਿੱਧੂ ਸਾਹਿਬ ਹੁਣ ਤੱਕ ਸਭ ਤੋਂ ਵੱਧ ਰੌਲਾ ਪਾਉਂਦੇ ਆਏ ਨੇ ਅਤੇ ਜਦੋਂ ਅੱਜ ਉਹੀ ਮਾਫੀਏ ਨੂੰ ਨਾਲ ਲੈ ਕੇ ਬੈਠਦੇ ਨੇ ਅਤੇ ਉਹ ਭੁੱਲ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਅਤੇ ਸਿਰਫ ਅੱਗੇ ਕੁਰਸੀ ਦੇਖਦੀ ਹੈ ਕੀ ਨਾਮ ਹੈ ਭਾਅ ਜੀ ਕੁਲਦੀਪ ਸਿੰਘ ਜੀ ਕੁਲਦੀਪ ਜੀ ਕਿੱਦਾਂ ਦੇਖਦੇ ਹੋ ਐਤਕੀ ਹੁਣ ਚੋਣਾਂ ਬੜੀਆਂ ਨੇੜੇ ਨੇ ਤੁਹਾਡੇ ਖਿਆਲ ਦੇ ਵਿੱਚ ਆਮ ਜਨਤਾ ਦਾ ਕੀ ਕਹਿਣਾ ਜੀ ਕਿਹੜੀ ਸਰਕਾਰ ਆਉਣੀ ਚਾਹੀਦੀ ਆਮ ਜਨਤਾ ਦਾ ਇਹੀ ਕਹਿਣਾ ਜੀ ਐਤਕੀ ਇੱਕ ਮੌਕਾ ਕੇਜਰੀਵਾਲ ਨੂੰ ਮਿਲਣਾ ਚਾਹੀਦਾ ਇਹ ਪਹਿਲਾਂ ਆਪਾਂ 70 ਸਾਲ ਤੋਂ ਇਹਨਾਂ ਨਾਲ ਲੁੱਟਦੇ ਆ ਰਹੇ ਨੇ ਆਪਾਂ ਨੂੰ ਕਦੇ ਅਕਾਲੀ ਕਦੇ ਕਾਂਗਰਸ ਸੀ ਹੁਣ ਇੱਕ ਮੌਕਾ ਕੇਜਰੀਵਾਲ ਨੂੰ ਵੀ ਦੇਣਾ ਚਾਹੀਦਾ ਜੀ ਕਿ ਚੱਲ ਇਹਨਾਂ ਨੂੰ ਦੇ ਕੇ ਦੇਖ ਲੈਂਦੇ ਹਾਂ ਤੁਹਾਨੂੰ ਲੱਗਦਾ ਵੀ ਜੇ ਕੇਜਰੀਵਾਲ ਦੀ ਸਰਕਾਰ ਆਉਂਦੀ ਹੈ ਤਾਂ ਲੋਕਾਂ ਦੇ ਕੰਮ ਆਉਣਗੇ ਹੋਣਗੇ ਜੀ ਕਿਵੇਂ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਹੋਏ ਨੇ ਜੀ ਹੁਣ ਉਰੇ ਵੀ ਹੋਣਗੇ ਜੀ ਬਹੁਤ ਵਧੀਆ ਕੰਮ ਕੀਤੇ ਨੇ ਦਿੱਲੀ ਦੇ ਵਿੱਚ ਕਿ ਪੰਜਾਬ 'ਚ ਵੀ ਬਹੁਤ ਵਧੀਆ ਕੰਮ ਆ ਪੰਜਾਬ 'ਚ ਸਾਰਾ ਸਿਸਟਮ ਆਪਣੇ ਅੰਡਰ ਹੋ ਜੂਗਾ ਜੀ ਦਿੱਲੀ ਤਾਂ ਕੁਛ ਕੁ ਪਾਵਰਾਂ ਨੇ ਕੇਜਰੀਵਾਲ ਸਾਹਿਬ ਕੋਲ ਉਰੇ ਤਾਂ ਸਾਰਾ ਆਪਣੇ ਅੰਦਰ ਹੋ ਜੂਗਾ ਜੀ ਸਾਰਾ ਕੰਮ ਵਧੀਆ ਹੋਣਗੇ ਜੀ ਕੀ ਨਾਮ ਹੈ ਭਾਅ ਜੀ ਹਰਦੀਪ ਸਿੰਘ ਹਰਦੀਪ ਸਿੰਘ ਜੀ ਕਿੱਦਾਂ ਦੇਖਦੇ ਹੋ ਐਤਕੀ ਸਰਕਾਰ ਕਿਹੜੀ ਤੁਸੀਂ ਚਾਹੁੰਦੇ ਹੋ ਆਮ ਜਨਤਾ ਕੀ ਚਾਹੁੰਦੀ ਹੈ ਵੀ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ ਐਤਕੀ ਸਾਰਿਆਂ ਦੀ ਬਾਜ਼ ਇਹੀ ਹੈ ਵੀ ਐਤਕੀ ਇੱਕ ਮੌਕਾ ਆਪਾਂ ਸਾਰੇ ਮਿਲ ਕੇ ਕੇਜਰੀਵਾਲ ਨੂੰ ਦੇਈਏ ਸਾਰੇ ਲੋਕਾਂ ਦੇ ਇਹੀ ਸੁਣਦੇ ਹਾਂ ਆਪਾਂ ਜਦੋਂ ਵਿਚਰਦੇ ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਵੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ ਦੇਖਦੇ ਹਾਂ ਵੀ ਇਹਨਾਂ ਨੇ ਕੀ ਕਰਦੇ ਨੇ ਆਉਣ ਵਾਲੇ 5 ਸਾਲਾਂ 'ਚ ਜੇ ਨਹੀਂ ਕਰਨਗੇ ਕੰਮ ਤਾਂ ਆਪਾਂ ਹੋਰ ਨੂੰ ਅੱਗੇ ਨੂੰ ਇਹੀ ਪਾਰਟੀ ਨੂੰ ਫਿਰ ਵੋਟਾਂ ਪਾ ਦਿਆ ਕਰਾਂਗੇ ਕਿ ਕਾਂਗਰਸ ਵੀ ਹੁਣ ਕਾਂਗਰਸ ਸਰਕਾਰ ਵੀ ਕੰਮ ਕਰਾ ਰਹੀ ਹੈ ਕਿ ਕਾਂਗਰਸ ਨੂੰ ਮੌਕਾ ਦੇਣਾ ਨਹੀਂ ਚਾਹੁੰਦੀ ਲੋਕਾਂ ਨੇ ਦੇਖ ਲਿਆ ਵੀ ਝੂਠੀ ਬਿਆਨਬਾਜ਼ੀ ਹੋ ਰਹੀ ਹੈ ਵੀ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਵੀ ਕੋਈ ਹੱਲ ਨਹੀਂ ਹੈਗਾ ਕੰਮ ਦਾ ਤਾਂ ਕਰਕੇ ਲੋਕ ਇਹਨਾਂ ਤੋਂ ਵਿਸ਼ਵਾਸ ਨਹੀਂ ਕਰਦੇ ਇਹਨਾਂ ਦੀਆਂ ਗੱਲਾਂ 'ਤੇ